ईसा फर्नांडे वाली ये जीती सी ਇਹ ਲਾਲ ਸਰ ਵਾਲੇ ਤੇ ਮਾਂ ਪਿਓ ਜੀ ਲਾਲ ਸਰ ਆ ਦਿਖਾਈ ਬਈ ਆ ਪੱਲਾ ਉਹ ਦੇਖ ਝਾੜੇ ਪੈ ਗਏ ਨਾ ਇਹ ਨਹੀਂ ਲਾਲ ਸਰ ਆ ਸਰ ਆ ਨਹੀਂ ਲਾਲ ਟਾਲ ਹਣਾ ਬਈ ਝਾੜੇ ਪੈ ਗਏ ਹਾਂ ਝਾੜੇ ਪਈ ਗਈ ਹਾਂ ਇਹ ਦਿਖਾਈ ਨਹੀਂ ਅੱਖ ਉਹਦੇ ਵੀ ਸਿਰ ਨਹੀਂ ਉਹਦੇ ਵੀ ਸਿਰ ਰੰਗੇ ਹੱਕ ਪੁੱਤਰ ਤੋਂ ਉਹਦੇ ਲਾਲ ਵਾਲੇ ਇਹ ਸ਼ਾਪੁਰ ਲੰਡੇ ਜੀ ਟਰੈਕਟਰ ਜਿੱਤੇ ਆ ਉਹ ਹੈ ਹਾਂ ਇਹਦੇ ਭੈਣ ਭਾਈ ਹੋਰ ਵੀ ਜਿੱਤੇ ਕਿਤੇ ਆਏ ਦੀ ਅੱਗੇ ਬਥੇਰੇ ਜਿੱਤੇ ਆ ਇੱਕ ਹੀ ਤਨ ਦੀ ਇੱਕ ਇੱਕ ਪੁੱਤਰ ਚਲੇ ਵਾਲੇ ਦੇ ਅੱਗੇ ਕਰੋ ਠੀਕ ਆ ਇਹਦੇ ਭੈਣ ਭਾਈਆਂ ਨੇ ਹੋਰ ਕਿੱਥੇ ਕਿੱਥੇ ਜਿੱਤੀਆਂ ਬਾਜੀਆਂ ਅੱਗੇ ਪਹਿਲੇ ਅੱਗੇ ਇਹ ਤਾਂ ਬਹੁਤ ਸਾਲ ਦੇ ਉੜਦੇ ਆਪਣੇ ਕੋਲੇ ਠੀਕ ਹੈ ਜਿਵੇਂ ਲੁੱਧਰ ਤੇ ਆਪਣੇ ਸਿਵੀਆਂ ਵਾਲੇ ਕਬੂਤਰ ਠੀਕ ਹੈ ਪੂਛ ਖੋਲੀ ਬਈ ਇਹਦੀ ਹਾਂ ਅੱਗੇ ਬੜਾ ਚੇਤਾ ਜੁੱਤਾ ਆਪਾਂ ਨੂੰ ਸੀਜ਼ਨ ਸੀਜ਼ਨ ਦਾ ਹੀ ਹੁੰਦਾ ਤੇ ਬਾਈ ਡਾਟਾ ਲਿਖ ਕੇ ਰੱਖਦੇ ਹੋ ਕਾਪੀ ਦੇ ਕਬੂਤਰ ਨਹੀਂ 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 ਆਪਾਂ ਦਾ ਚੇਤਾ ਹੀ ਸੀਜ਼ਨ ਸੀਜ਼ਨ ਦਾ ਹੁੰਦਾ ਬਾ ਅਗਲੇ ਸੀਜ਼ਨ ਫਿਰ ਭੁੱਲ ਜਾਣਾ ਵੀ ਕਿੱਥੇ ਕਿਹੜਾ ਛੱਡਿਆ ਸੀਗਾ ਠੀਕ ਆ ਕਾਪੀ ਦੇ ਫਿਰ ਕਿਉਂ ਨਹੀਂ ਡਿਟੇਲ ਰੱਖ ਲੈ ਕੇ ਰੱਖਦੇ ਬਸ ਡਿਟੇਲ ਬਾਈ ਯਾਰ ਇਹਨੂੰ ਕੌਣ ਪਹੁੰਚਦਾ ਅੱਜਕੱਲ ਟੇਲਾਂ ਟੂਲਾਂ ਨੂੰ ਬਾਕੀ ਸੋ ਕਬੂਤਰ ਉੱਤੇ ਹੀ ਦੇਖਦਾ ਅਗਲਾ ਵੀ ਆਹ ਸੀਜ਼ਨ ਦਾ ਗਾਂ ਵਾਲੇ ਸੀਜ਼ਨ ਦਾ ਵੀ ਭੁੱਲ ਜਾਂਦਾ ਇੱਕ ਸੀਜ਼ਨ ਨਾ ਉੱਡੇ ਜਦੀ ਲਿਸਟ ਚੋਂ ਕੱਢ ਦਿੰਦਾ ਅਗਲਾ ਨਾਲੇ ਬਾਈ ਇਹਨਾਂ ਦਾ ਕਿਸੇ ਨੂੰ ਇਹਦੇ ਬਾਈ ਪੈਸੇ ਲਾਗੇ ਸੀ ਨਾ ਬੰਦੇ ਹਾਂ ਇਹਦੇ ਮਾਰ ਕਿੰਨੇ ਰੁਪਏ ਲਾਗੇ ਸੀ ਬਾਈ ਇਹਦੇ ਉਦੋਂ ਉਹਨੇ ਮੈਨੂੰ ਕਹਿੰਦੇ ਬੋਲ ਕਿੰਨੇ ਲੈਣੇ ਆ ਅੱਛਾ ਮੈਂ ਕਹਾਂ ਬੰਦੇ ਦਿੱਤੀ ਨਹੀਂ ਬਸ ਨਾ ਦਿੱਤੀ ਨਹੀਂ ਇਹ ਆ ਪਿਓ ਆ ਅੱਛਾ ਇਹ ਸ਼ਾਹ ਅੱਖਾਂ ਇਹ ਕਿਹੜਿਆਂ ਚੋਂ ਆ ਇਹ ਲੁੱਧਰ ਦਾ ਭਾਈ ਆ ਇਹ ਠੀਕ ਆ ਉਹ ਸਿਵੀਆਂ ਵਾਲੀ ਭੈਣ ਵਾਲਾ ਠੀਕ ਹੈ ਆ ਦਿਖਾਈ ਇਹਦੇ ਪੱਲਾ ਉੱਚੇ ਉੱਡਣ ਵਾਲੇ ਤੇ ਵੱਧ ਯਕੀਨ ਕਬੂਤਰ ਤੇ ਬਾਈ ਜਾਂ ਲੰਬਾ ਉੱਡਦਾ ਜਿਹੜਾ ਨਹੀਂ ਬਾਈ ਤਕਰੀਬਨ ਬਾਹਲਾ ਨਹੀਂ ਮੈਂ ਤਾਂ ਉੱਡਦਾ ਨਾ ਹੋਵੇ ਕਬੂਤਰ ਠੀਕ ਹੈ ਹਾਂ ਉੱਡਦਾ ਤਾਂ ਦਕਾਰੇ ਜੇ ਹੋਵੇ ਹਾਂ ਉਦੋਂ ਦਕਾਰੇ ਉੱਤੋਂ ਹੀ ਉੱਡਦਾ ਉਹੀ ਕਾੜ ਕੱਢਦਾ ਡਾਰ ਤੋਂ ਪਤਾ ਲੱਗ ਜਾਂਦਾ ਬਾਈ ਕਬੂਤਰ ਵੀ ਇਹ ਵੱਡੇ ਪਿੰਡ ਦੇ ਛੱਡਾ ਜੋ ਹਾਂ ਬਾਈ ਐਂ ਤਾਂ ਘਰੇ ਹੁਣ ਆਪਾਂ ਕੋਲ ਤਾਂ ਕਬੂਤਰ ਹੀ ਚਾਰ ਬਰੀਡ ਆ ਚਲੋ ਉਹ ਤਾਂ ਹੈਗੇ ਬਾਈ ਕੱਲੇ ਕੱਲੇ ਦਾ ਪਤਾ ਲੱਗ ਉਹ ਕਿਵੇਂ ਪਤਾ ਲੱਗ ਜਾਂਦਾ ਵੀ ਆਹ ਕਬੂਤਰ ਵੱਡੇ ਪਿੰਡ ਵਾਲਾ ਆ ਬਈ ਯਾਰ ਐਂ ਤਾਂ ਮੈਂ ਦੱਸਦਾ ਵੀ ਐਂ ਨਹੀਂ ਪਤਾ ਲੱਗਦਾ ਉਹ ਤਾਂ ਨਸਲ ਤੋਂ ਹੀ ਪਤਾ ਲੱਗਦਾ ਮਾਂ ਪਿਓ ਦੀ ਤੋਂ ਠੀਕ ਘਰੇ ਡਾਰ ਤੋਂ ਨਹੀਂ ਪਤਾ ਲੱਗਦਾ ਨਹੀਂ ਖੁੱਲ ਪੂਛ ਪੂਛ ਖੁੱਲੇ ਬਾਈ ਦਿਖਾਤਾ ਪੱਲਾ ਮਾਰ ਕੇ ਖੋਲ ਲੈ ਫਿਰ ਬਾਈ ਪੂਛ ਬਾਈ ਐਂ ਕਰੇ ਚੱਕਰ ਚੁੱਕਰ ਵੀ ਦੇ ਦੇਣ ਵੀ ਕਿੰਨੇ ਵਜੇ ਕਬੂਤਰ ਉਤਰੇ ਸੀ ਤਾਂ ਤੋਂ ਕਿੰਨੇ ਵਜੇ ਨਹੀਂ ਆਪਣੇ ਤਾਂ ਬਾਈ ਇਕੱਠੇ ਹੀ ਫਿਰਦੇ ਹੁੰਦੇ ਜਦੋਂ ਗਰਮੀ ਪੈਂਦੀ ਆ ਉਦੋਂ ਵੱਧ ਟਾਈਮ ਚੱਕਰ ਮਾਰੇ ਆਉਂਦੇ ਆ ਠੀਕ ਆ ਜਦੋਂ ਮੌਸਮ ਠੰਡਾ ਹੁੰਦਾ ਤਾਂ ਸ਼ੇਰੀ ਸਹੀ ਕਿੰਨੇ ਕੁ ਟਾਈਮ ਬਾਅਦ ਕਬੂਤਰ ਢਲਣਾ ਚਾਹੀਦਾ ਉਹ ਅੱਧੇ ਘੰਟੇ ਚ ਲੈ ਹੀ ਆਉਂਦਾ ਬਾਈ ਕਬੂਤਰ ਅੱਧੇ ਘੰਟੇ ਲੈਣਾ ਚਾਹੀਦਾ ਕਬੂਤਰ ਹਾਂ ਤਕਰੀਬਨ ਲੈ ਵੀ ਆਉਂਦਾ ਜੀ ਬਾਜੀ ਤੇ ਬਾਜੀ ਤੇ 20-25 ਮਿੰਟਾਂ ਚ ਆ ਜਾਂਦਾ ਕਬੂਤਰ ਲੈ ਕੇ ਬਾਜੀ ਠੀਕ ਆ ਇਹਦੇ ਕਬੂਤਰੀ ਕਿਹੜੀ ਲੱਗੀ ਵੇ ਦਿਖਾਈ ਬਾਈ ਪੈਰ ਵੀ ਦੇ ਕੋਈ ਨਾ ਕੋਈ ਨਾ ਕੋਈ ਨਾ ਪੈਰ ਰਸਾਉਂਦੇ ਨਹੀਂ ਆਪਾਂ ਪੈਰ ਨਾ ਦਿਖਾਵਾਂਗੇ ਤੇ ਕੋਈ ਗੱਲ ਨਹੀਂ ਆਹ ਕਬੂਤਰੀ ਲੱਗੀ ਵੇ ਈਸ਼ਾ ਬਰਲੰਡੇ ਵਾਲੀ ਦੀ ਮਾਂ ਗਈ ਇਹ ਹਾਂ ਠੀਕ ਆ ਇਹਦੀਆਂ ਵੀ ਅੱਖਾਂ ਬੜੀਆਂ ਸੋਹਣੀਆਂ ਬਾਈ ਇਹ ਕਿਹੜੇ ਕਬੂਤਰ ਸੀ ਸਿਵੀਆਂ ਵਾਲੇ ਕਬੂਤਰ ਆ ਬਾਈ ਕਿੰਨੇ ਚਿਰ ਦੀ ਹੋ ਗਈ ਇਹ ਇਹ ਹੋ ਗਈ ਬਾਈ 6-7 ਸਾਲ ਦੀ ਉਹ ਕਬੂਤਰ ਕਿੰਨੇ ਚਿਰ ਦਾ ਜਿਹੜੇ ਦਿਨ ਲੱਗਿਆ ਸੀ ਉਹ ਨਵਾਂ ਉਹ ਨਵਾਂ ਲਾਇਆ ਉਹ 2 ਸਾਲਾਂ ਦਾ ਗਿਆ ਅੱਛਾ ਨਵੇਂ ਪੁਰਾਣੇ ਕਰ ਦਿੰਦੇ ਹੋ ਹਾਂ ਹਾਂ ਵੀ ਨਾਲੇ ਕਬੂਤਰ ਬੱਚੇ ਚੰਗੇ ਕੱਢਦੇ ਹਾਂ ਹਾਂ ਖੁਰਾਕ ਵਧੀਆ ਬਦਾਮ ਬਦੂਮ ਖਾਦੇ ਹੁੰਦੇ ਆ ਕਬੂਤਰਾਂ ਦੇ ਬੱਚੇ ਚੰਗੇ ਪਾਲਦੇ ਆ ਬੱਲੇ ਬਹੁਤ ਡਬਲ ਨੇ ਨਾ ਬਾਈ ਪਰ ਬਾਈ ਚੌੜੇ ਹੀ ਹੋਣੇ ਚਾਹੀਦੇ ਨਾ ਕਬੂਤਰ ਦੇ ਹਾਂ ਪੈਂਦਾ ਤਾਂ ਹੈਗਾ ਬਾਈ ਹਨਾ ਪਰਾਂ ਦਾ ਫਰਕ ਵੀ ਜੇ ਪਰ ਪਤਲੇ ਹਾਂ ਵਧੀਆ ਯਾਰ ਚੌੜੇ ਹੋਰ ਵੱਧ ਲੱਗਦਾ ਉਹ ਚੌੜੇ ਹੋਣਗੇ ਫਿਰ ਵਧੀਆ ਰਹਿੰਦੇ ਜ਼ੋਰ ਘੱਟ ਲੱਗਦਾ ਹਾਂ ਉਹ ਫੁੱਡੇ